ਸਾਡਾ ਪ੍ਰੋਗਰਾਮ ਹੈ ਕਿ ਅਸੀਂ ਸ਼ੁਭ ਕਰਨ ਦੀ ਫੋਟੋ ਲੈ ਕੇ ਉਹਦੇ ਥੱਲੇ ਡਿਮਾਂਡਾਂ ਲਿਖ ਕੇ ਉਹਦੇ 'ਚ ਅਸੀਂ ਲੈ ਕੇ ਪਹਿਲੇ ਤਾਂ ਪਹਿਲਾਂ ਪੂਰੇ ਪਿੰਡਾਂ 'ਚ ਲਾਵਾਂਗੇ ਉਹ ਵੱਡੇ ਵੱਡੇ ਮਤਲਬ ਪੋਸਟਰ ਬਣਾ ਕੇ। ਫਿਰ ਉਸ ਤੋਂ ਬਾਅਦ ਕੀ ਕਰਨਾ ਅਸੀਂ, ਉਸ ਤੋਂ ਬਾਅਦ ਸਾਡਾ ਪ੍ਰੋਗਰਾਮ ਇਹ ਹੈ ਕਿ ਜਦੋਂ ਵੀ ਪੋਲੀਟੀਕਲ ਪਾਰਟੀਜ਼ ਇੱਥੇ ਆਉਣਗੀਆਂ ਸਾਡੇ ਕੋਲ ਬੀਜੇਪੀ ਜਾਂ ਬੀਜੇਪੀ ਦੀਆਂ ਸਮਰਥਕ, ਉਦੋਂ ਉਹਨਾਂ ਦੇ ਸਵਾਲ ਕਰਾਂਗੇ ਅਸੀਂ ਇਹ ਕਿ ਸਾਨੂੰ ਇਹਨਾਂ ਗੱਲਾਂ ਦੇ ਜਵਾਬ ਦਿਓ। ਪੁੱਛਾਂਗੇ ਕਿ ਕੀ ਤੁਹਾਨੂੰ ਇਹ ਰਾਈਟ ਆ ਕਿ ਵਾਅਦੇ ਤਾਂ ਸਾਡੇ ਨਾਲ ਕਰ ਲਓ, ਅਤੇ ਜੇ ਵਾਅਦੇ ਪੂਰੇ ਨਹੀਂ ਕੀਤੇ ਤਾਂ ਅਸੀਂ ਤੁਹਾਨੂੰ ਵਾਅਦੇ ਯਾਦ ਕਰਾਉਣ ਜਾਂਦੇ ਹਾਂ, ਤਾਂ ਤੁਸੀਂ ਐਡੀ ਵੱਡੀ ਬੈਰੀਕੇਟਿੰਗ ਕਰੋਗੇ, ਸਾਨੂੰ ਨੇੜੇ ਤੱਕ ਨਹੀਂ ਜਾਣ ਦਿਓਗੇ, ਸਾਡੇ ਗੋਲੀਆਂ ਮਾਰੋਗੇ, ਸਾਨੂੰ ਜ਼ਖਮੀ ਕਰੋਗੇ, ਸਾਨੂੰ ਸ਼ਹਾਦਤਾਂ ਦੇਣ ਤੱਕ ਮਜਬੂਰ ਕਰੋਗੇ, ਤਾਂ ਫਿਰ ਅੱਜ ਤੁਸੀਂ ਵੋਟਾਂ ਲੈਣ ਆਏ ਹੋ, ਅੱਜ ਇਹਨਾਂ ਗੱਲਾਂ ਦੇ ਜਵਾਬ ਦਿਓ ਸਾਨੂੰ ਕਿ ਸਾਨੂੰ ਜਿਹੜੇ ਤੁਸੀਂ ਵਾਅਦੇ ਕੀਤੇ ਉਹਨਾਂ ਨੂੰ ਪੂਰੇ ਕਰਨ ਦੀ ਬਜਾਏ ਸਾਡੇ ਨੌਜਵਾਨਾਂ ਦੇ ਸਾਡੇ ਕਿਸਾਨਾਂ ਦੇ ਉੱਤੇ ਗੋਲੀ ਕਿਉਂ ਚਲਾਈ।